हेलो फ्रेंड्स, स्वागत है जी तुहाडा मेरे इस यूट्यूब चैनल दे विच। ते अज असी गोभी दे पकौड़े बना के तैयार करांगे। उहदे लई मैं एक फुल गोभी दा लिया मीडियम साइज दा। गोभी नूं मैं पहलां चंगी तरह गर्म पानी नाल धो के कट के तैयार कर लिया। ते गोभी नूं मैं इन्ने साइज दे विच कट लिया। सारे फुल असी इन्ने साइज दे विच कट के तैयार कर ले ने। हुण असी इहनां नूं इक खुले भांडे च पा दांगे। इन्हां दे विच मैं एक चमचा नमक दा ते अद्धा चमचा लाल मिर्च दा, एक नींबू नचोड़ूंगी विच, ते इन्हां नूं चंगी तरह हिला के असी इहनूं 10-15 मिंट लई रख दांगे। ਤੇ ਜਦ ਤੱਕ ਮੈਂ ਬੇਸਣ ਦਾ ਜਿਹੜਾ ਘੋਲ ਹੈ ਉਹ ਤਿਆਰ ਕਰਕੇ ਦਿਖਾਉਂਦੀ ਹਾਂ ਤੁਹਾਨੂੰ। ਇਹ ਮੈਂ 1.5 ਕੱਪ ਬੇਸਣ ਦਾ ਲਿਆ, ਤੁਸੀਂ ਜ਼ਰੂਰਤ ਮੁਤਾਬਕ ਲੈਣਾ। ਤੇ ਇਹਦੇ ਵਿੱਚ ਮੈਂ ਅੱਧਾ ਛੋਟਾ ਚਮਚਾ ਅਜਵਾਇਣ ਦਾ ਪਾ ਦੂੰਗੀ, 1/4 ਟੀਸਪੂਨ ਹਿੰਗ ਦਾ ਪਾਵਾਂਗੇ, ਤੇ ਨਮਕ ਸਵਾਦ ਅਨੁਸਾਰ ਪਾਵਾਂਗੇ ਅਸੀਂ। ਇੱਕ ਛੋਟਾ ਚਮਚਾ ਪਾ ਰਹੀ ਹਾਂ, ਅੱਧਾ ਇੱਕ ਛੋਟਾ ਚਮਚਾ ਅਸੀਂ ਹਲਦੀ ਦਾ ਪਾਵਾਂਗੇ, ਤੇ ਅੱਧਾ ਚਮਚਾ ਲਾਲ ਮਿਰਚ ਪਾਊਡਰ, ਇੱਕ ਚਮਚਾ ਧਨੀਆ ਪਾਊਡਰ ਦਾ ਪਾਵਾਂਗੇ, ਤੇ ਇੱਕ ਛੋਟਾ ਚਮਚਾ ਹੀ ਗਰਮ ਮਸਾਲੇ ਦਾ। ਸਾਰੇ ਮਸਾਲਿਆਂ ਨੂੰ ਅਸੀਂ ਹਿਲਾ ਲਾਂਗੇ ਇਹਦੇ ਵਿੱਚ ਪਾ ਕੇ। ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਇਹਦਾ ਗਾੜਾ ਘੋਲ ਤਿਆਰ ਕਰ ਲਾਂਗੇ। ਬਸ ਗੁਟਲੀਆਂ ਨਹੀਂ ਬਣਨੀਆਂ ਚਾਹੀਦੀਆਂ, ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਅਸੀਂ ਤਿਆਰ ਕਰ ਲਾਂਗੇ। ਬੇਸਣ ਦਾ ਅਸੀਂ ਗਾੜਾ ਘੋਲ ਤਿਆਰ ਕਰ ਲਿਆ। ਹੁਣ ਮੈਂ ਇਹਨੂੰ 15 ਕੁ ਮਿੰਟ ਵਾਸਤੇ ਰੈਸਟ ਕਰਨ ਲਈ ਰੱਖ ਦੂੰਗੀ ਢੱਕ ਕੇ, ਫਿਰ ਅਸੀਂ ਇਹਦੇ ਜਿਹੜੇ ਪਕੌੜੇ ਨੇ ਉਹ ਬਣਾਵਾਂਗੇ। ਬੇਸਣ ਨੂੰ ਰੱਖੇ ਹੋਏ 15 ਮਿੰਟ ਹੋ ਗਏ ਨੇ, ਅਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ 4-5 ਮਿੰਟ ਲਈ ਫੈਂਟ ਲੂੰਗੀ। ਤੁਸੀਂ ਜਾਂ ਤਾਂ ਇਹਦੇ ਵਿੱਚ ਇੱਕ ਚੁਟਕੀ ਮਿੱਠੇ ਸੋਡੇ ਦੀ ਪਾ ਸਕਦੇ ਹੋ, ਨਹੀਂ ਫਿਰ ਇਹਨੂੰ 4-5 ਮਿੰਟ ਲਈ ਚੰਗੀ ਤਰ੍ਹਾਂ ਫੈਂਟ ਲਓ। ਕੜਾਹੀ 'ਚ ਮੈਂ ਸਰ੍ਹੋਂ ਦਾ ਤੇਲ ਲਿਆ ਅਤੇ ਇਹਨੂੰ ਧੂੰਆਂ ਉੱਠਣ ਤੱਕ ਮੈਂ ਗਰਮ ਕਰ ਲਿਆ। ਹੁਣ ਗੈਸ ਨੂੰ ਥੋੜ੍ਹਾ ਘੱਟ ਕਰ ਦਾਂਗੇ, ਨਹੀਂ ਤਾਂ ਸਾਡੇ ਪਕੌੜੇ ਜਲ ਜਾਣਗੇ। ਹੁਣ ਮੈਂ ਇੱਕ ਇੱਕ ਗੋਭੀ ਦਾ ਪੀਸ ਚੱਕੂੰਗੀ ਅਤੇ ਇਹਨੂੰ ਬੈਟਰ ਦੇ ਵਿੱਚ ਡਬੋ ਕੇ ਵਿੱਚ ਪਾਵਾਂਗੇ। ਪਕੌੜਿਆਂ ਨੂੰ ਅਸੀਂ ਹਲੇ ਜ਼ਿਆਦਾ ਬਰਾਊਨ ਨਹੀਂ ਕੀਤਾ ਹੈਗਾ, ਕਿਉਂਕਿ ਇਹਨਾਂ ਨੂੰ ਅਸੀਂ ਦੁਬਾਰਾ ਤਲਾਂਗੇ, ਇਸ ਲਈ ਹਲੇ ਅਸੀਂ ਇਹਨਾਂ ਨੂੰ ਥੋੜ੍ਹੇ ਜਿਹੇ ਕੱਚੇ ਹੀ ਕੱਢ ਲਿਆ। ਇਸੇ ਤਰੀਕੇ ਨਾਲ ਅਸੀਂ ਸਾਰੇ ਜਿਹੜੇ ਪਕੌੜੇ ਨੇ ਉਹ ਤਿਆਰ ਕਰ ਲਾਂਗੇ। ਪਹਿਲਾਂ ਇਸ ਤਰ੍ਹਾਂ ਹੀ ਅਸੀਂ ਦੂਸਰਾ ਬੈਚ ਪਾ ਲਾਂਗੇ। ਦੂਜਾ ਬੈਚ ਵੀ ਸਾਡਾ ਬਰਾਊਨ ਹੋ ਗਿਆ, ਲਾਈਟ ਬਰਾਊਨ, ਇਹਨੂੰ ਵੀ ਅਸੀਂ ਕੱਢ ਲਾਂਗੇ। ਹੁਣ ਸਾਰੇ ਪਕੌੜੇ ਮੈਂ ਤਿਆਰ ਕਰ ਲਏ ਨੇ ਤਲ ਕੇ, ਹੁਣ ਅਸੀਂ ਇਹਨਾਂ ਨੂੰ ਵਿਚਕਾਰ ਤੋਂ ਕੱਟ ਦਾਂਗੇ। ਸਾਰੇ ਪਕੌੜੇ ਮੈਂ ਕੱਟ ਕੇ ਤਿਆਰ ਕਰ ਲਏ ਨੇ। ਹੁਣ ਮੈਂ ਕੜਾਹੀ ਦੇ ਵਿੱਚ ਜਿਹੜਾ ਤੇਲ ਹੈ ਅਸੀਂ ਬਹੁਤ ਤੇਜ਼ ਗਰਮ ਕਰ ਲਿਆ, ਅਤੇ ਇਸ ਤੇਜ਼ ਗਰਮ ਦੇ ਵਿੱਚ ਅਸੀਂ ਇਹਨਾਂ ਨੂੰ ਤਲਾਂਗੇ। ਅਤੇ ਪਕੌੜੇ ਸਾਡੇ ਤਿਆਰ ਹੋ ਗਏ, ਇਹਨਾਂ ਨੂੰ ਅਸੀਂ ਐਨ ਬਰਾਊਨ ਹੋਣ ਤੱਕ ਤਲ ਲਿਆ। ਇਸੇ ਤਰੀਕੇ ਨਾਲ ਅਸੀਂ ਹੋਰ ਪਕੌੜੇ ਪਾ ਦਾਂਗੇ ਤੇਜ਼ ਗਰਮ ਤੇਲ ਦੇ ਵਿੱਚ। ਅਤੇ ਇਹਨਾਂ ਨੂੰ ਅਸੀਂ ਪਲੇਟ 'ਚ ਕੱਢ ਲਾਂਗੇ। ਦੂਸਰਾ ਬੈਚ ਵੀ ਸਾਡਾ ਬਣ ਕੇ ਤਿਆਰ ਹੋ ਗਿਆ, ਅਤੇ ਹੁਣ ਮੈਂ ਇਹਨੂੰ ਕੱਢ ਲੂੰਗੀ।
ਗੋਭੀ ਦੇ ਪਕੌੜੇ ਬਣ ਕੇ ਤਿਆਰ ਹੋ ਗਏ ਨੇ। ਹੁਣ ਮੈਂ ਇਹਨਾਂ ਨੂੰ ਸਰਵ ਕਰੂੰਗੀ ਪਲੇਟ ਦੇ ਵਿੱਚ। ਇਹ ਮੈਂ ਚਾਟ ਮਸਾਲਾ ਇਹਦੇ ਉੱਤੇ ਛਿੜਕ ਦੂੰਗੀ। ਇਹਨੂੰ ਧਨੀਏ ਪੁਦੀਨੇ ਦੀ ਚਟਨੀ ਨਾਲ ਅਸੀਂ ਸਰਵ ਕਰਾਂਗੇ। ਤੁਸੀਂ ਚਾਹੋ ਤਾਂ ਇਹਨੂੰ ਟੋਮੈਟੋ ਕੈਚਪ ਨਾਲ ਵੀ ਖਾ ਸਕਦੇ ਹੋ, ਅਤੇ ਜਿਹੜੀ ਵੀ ਚਟਨੀ ਤੁਹਾਨੂੰ ਪਸੰਦ ਹੋਵੇ ਇਮਲੀ ਦੀ ਚਟਨੀ ਨਾਲ ਵੀ ਖਾ ਸਕਦੇ ਹੋ। ਅਤੇ ਬਹੁਤ ਹੀ ਸਵਾਦ ਗੋਭੀ ਦੇ ਪਕੌੜੇ ਬਣ ਕੇ ਤਿਆਰ ਹੋਏ ਨੇ। ਫਰੈਂਡਸ, ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ। ਥੈਂਕ ਯੂ।